Hallelujah, Sama jam sih. Oh, jam sih di Hallelujah. Jesus. Apa berkah di put ni so. Put put jani se se. Padaish di Bible study kar rahe hain. Hallelujah. Pehli do vaitan di apa kar rahe hain. Pehle part di utpat di pehle chapter di pehle ayat 1 se 2 di ਆਪਾਂ ਪਹਿਲੀ ਰਿਕਾਰਡਿੰਗ ਦੇ ਵਿੱਚ ਇਹ ਦੂਸਰੀ ਰਿਕਾਰਡਿੰਗ ਹੈ ਪਹਿਲੀ ਰਿਕਾਰਡਿੰਗ ਦੇ ਵਿੱਚ ਦੇਖਿਆ ਸੀਗਾ ਰੱਬ ਨੇ ਸਾਰਾ ਕੁਝ ਬਣਾਇਆ ਪਹਿਲੀ ਆਇਤ ਦੇ ਵਿੱਚ ਸਾਰਾ ਕੁਝ ਵਧੀਆ ਬਣਾਇਆ ਤੇ ਦੂਸਰੀ ਆਇਤ ਦੇ ਵਿੱਚ ਦੇਖਿਆ ਉਹ ਬੇਡੋ ਸੀਗੀ ਅੰਧੇਰਾ ਸੀਗਾ ਉਸਦੀ ਬੇਸ਼ਕਲ ਸੀ ਫਾਰਮਲੈਸ ਜਿਹੜੇ ਲਿਖਿਆ ਨਾ ਹਾਲੇਲੂਇਆ ਤੇ ਫਿਰ ਆਪਾਂ ਦੇਖਿਆ ਵੀ ਉਹ ਫਾਰਮਲੈਸ ਉਹ ਬੇਡੋਲ ਕਿਸ ਤਰ੍ਹਾਂ ਹੋ ਗਈ ਹਾਂਜੀ ਜੀ ਜੀ ਵੀ ਉਹ ਸ਼ੈਤਾਨ ਲੂਸੀਫਰ ਉਹਨੇ ਜੋ ਵੀ ਉਹ ਕਮਾਂਡ ਕੀਤਾ ਪਾਪ ਕੀਤਾ ਉਹਦੀ ਆਪਾਂ ਹੁਣ ਉਹ ਕੰਟੀਨਿਊ ਕਰਦੇ ਵੀ ਗਾਇਆ ਹਾਲੇਲੂਇਆ ਜੈ ਮਸੀਹ ਦੀ ਹਾਲੇਲੂਇਆ ਪ੍ਰੇਜ਼ ਦ ਲਾਰਡ ਇਹ ਬਿਲਕੁਲ ਇਹ ਬੇਡੋਲ ਹੋਣ ਦਾ ਬੜਾ ਅੱਛਾ ਸਵਾਲ ਤੁਸੀਂ ਰੇਸ ਕੀਤਾ ਔਰ ਇਹ ਮੇਰੇ ਖਿਆਲ ਸਾਡੇ ਸਾਰਿਆਂ ਲਈ ਬੜੀ ਬਰਕਤ ਦਾ ਬਾਇਸ ਹੋਣਾ ਕਿ ਰੱਬ ਤੇ ਬੜਾ ਅੱਛਾ ਬਣਾ ਦਿੱਤਾ ਯਾਨੀ ਇਹ ਜਿਹੜੀ ਉਤਪੁੱਤੀ ਹੈ ਇਹਦੀ ਹੁਣ ਤੀਸਰੀ ਆਇਤ ਤੋਂ ਲੈ ਕੇ ਪਹਿਲੇ ਪਾਰਟ ਦੀ ਤੀਸਰੀ ਤੋਂ ਲੈ ਕੇ ਦੂਸਰੇ ਪਾਰਟ ਦੀ ਅਖੀਰਲੀ ਆਇਤ ਦੇ ਵਿੱਚ ਜੋ ਕੁਝ ਗੜਬੜ ਹੋ ਗਿਆ ਸੀ ਲੂਸੀਫਰ ਤੇ ਉਹਦੇ ਇੱਕ ਤਿਹਾਈ ਫਰਿਸ਼ਤਿਆਂ ਦੀ ਕੀ ਕਹਿ ਲਓ ਬਗਾਵਤ ਦੀ ਵਜ੍ਹਾ ਨਾਲ ਰਿਬੈਲੀਅਨ ਦੀ ਵਜ੍ਹਾ ਨਾਲ ਕਿ ਉਹਨਾਂ ਦੇ ਵਿੱਚ ਹੰਕਾਰ ਆ ਗਿਆ ਠੀਕ ਹੈ ਆਪਾਂ ਡੈਵਲ ਦੀ ਸਟੱਡੀ 'ਚ ਵੇਖਿਆ ਸੀ ਕੀ ਹੰਕਾਰ ਆਇਆ ਅਤੇ ਕੀ ਹੋਇਆ ਉਹਨੂੰ ਅਸੀਂ ਆਪਾਂ ਅੱਜ ਟੱਚ ਨਹੀਂ ਕਰਾਂਗੇ ਔਰ ਉਹਦੀ ਵਜ੍ਹਾ ਨਾਲ ਫਿਰ ਇਹ ਜੋ ਕੁਝ ਰੱਬ ਦੇ ਕ੍ਰੋਧ ਨਾਲ ਆਪਾਂ ਪੜ੍ਹਿਆ ਸੀ ਯਰਮੀਆਂ ਦੇ ਵਿੱਚ ਹੀ ਪਰਮੇਸ਼ਵਰ ਉਹਨੂੰ ਲੈ ਗਿਆ ਯਰਮੀਆਂ ਨੂੰ ਪਿੱਛੇ ਕਿ ਆ ਜਾ ਮੈਂ ਤੈਨੂੰ ਦੱਸਦਾ ਕਿ ਹੋਇਆ ਕੀ ਸੀ ਤਾਂ ਕਿ ਇਹ ਫਰਕ ਜਿਹੜਾ ਹੈ ਇਹ ਪਤਾ ਲੱਗ ਸਕੇ ਕਿ ਪਹਿਲੇ ਕੀ ਸੀਗਾ ਕੀ ਹੋਇਆ ਅਤੇ ਹੁਣ ਮੈਂ ਕੀ ਬਣਾਉਣ ਡਿਆ ਯਾਨੀ ਨਿਊ ਕ੍ਰੀਏਸ਼ਨ ਉਹ ਫਸਟ ਕ੍ਰੀਏਸ਼ਨ ਸੀ ਅਸਲੀ ਓਰਿਜਨਲ ਨੂੰ ਦੇ ਵਿੱਚ ਕੁਛ ਹੋ ਗਿਆ ਜਿਹਨੂੰ ਰਿਸਟੋਰ ਕਰ ਲਿਆ ਅਤੇ ਉਹ ਅਸੀਂ ਇਹ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਸੂਰਜ ਚੰਨ ਸਿਤਾਰਿਆਂ ਅਤੇ ਜੋ ਕੁਝ ਵੀ ਸਿਰਫ ਬੰਦਾ ਨਹੀਂ ਸੀਗਾ ਉੱਥੇ ਲਿਖਿਆ ਉਹ ਯਰਮੀਆਂ ਦੇ ਵਿੱਚ ਨਾ ਸੋ ਅਸੀਂ ਹੁਣ ਇਹ ਦੇਖ ਰਹੇ ਹਾਂ ਕਿ ਇਹ 6 ਦਿਨ ਦੀ ਜਿਹੜੀ ਦੁਬਾਰਾ ਇਹਨੂੰ ਰਿਸਟੋਰ ਜਾਂ ਕ੍ਰੀਏਸ਼ਨ ਦੁਬਾਰਾ ਕਰ ਰਿਹਾ ਉਹਨੂੰ ਠੀਕ ਠਾਕ ਕਰ ਰਿਹਾ ਉਹਨੂੰ ਬਹਾਲੀ ਕਹਿ ਲਓ ਕੁਛ ਲਫਜ਼ ਦੇ ਦਿਓ ਅਤੇ ਉਹਦੇ ਤੋਂ ਪਹਿਲੇ ਜਿਹੜਾ ਸੀ ਸਭ ਕੁਝ ਠੀਕ ਸੀ ਠੀਕ ਹੈ ਸੋ ਇਹਦੇ 'ਤੇ ਅਸੀਂ ਦੇਖ ਰਹੇ ਸਾਂ ਹੁਣ ਯਰਮੀਆਂ ਦੀ ਜਿਹੜੀ 4 ਦੀ ਜਰਮਾਇਆ ਚੈਪਟਰ 4 ਦੀ 23 ਦੇ ਵਿੱਚ ਜਦੋਂ ਇਹਦੇ ਵਿੱਚ ਇਹ ਅਸੀਂ ਦੇਖਿਆ ਸੀ ਕਿ ਪਰਮੇਸ਼ਵਰ ਨੇ ਧਰਤੀ ਅਤੇ ਸਵਰਗ ਜਿਹੜੇ ਨੇ ਇਹ ਬਣਾਏ ਨੇ ਅਤੇ ਉਹ ਉਦੋਂ ਰੋਸ਼ਨ ਸਨ ਲਾਈਟ ਸ਼ੈਡ ਦੇਣ ਦੇ ਸਨ ਲੇਕਿਨ ਉਹਦੀ ਕ੍ਰੋਧ ਦੀ ਵਜ੍ਹਾ ਨਾਲ ਯਾਨੀ ਸਭ ਕੁਝ ਠੀਕ ਸੀ ਉਹਦੇ ਕ੍ਰੋਧ ਦੀ ਪਵਿੱਤਰ ਕ੍ਰੋਧ ਦੀ ਵਜ੍ਹਾ ਨਾਲ ਇਹ ਦੇਖਣਾ ਪੈਂਦਾ ਜਦੋਂ ਪਰਮੇਸ਼ਵਰ ਦੇ ਐਂਗਰ ਦੀ ਗੱਲ ਹੋ ਰਹੀ ਹੈ ਹੋਲੀ ਐਂਗਰ ਕਹਿਣਾ ਚਾਹੀਦਾ ਅਸੀਂ ਨਹੀਂ ਕਹਿ ਸਕਦੇ ਜੇ ਉਹਨੂੰ ਕਹਿਣਾ ਕ੍ਰੋਧ ਪਵਿੱਤਰ ਕ੍ਰੋਧ ਇੱਕ ਸਾਨੂੰ ਇੱਜ਼ਤ ਨਾਲ ਵੀ ਦੇਖਣਾ ਪੈਂਦਾ ਸਾਡੇ ਨਜ਼ਦੀਕ ਉਹ ਕ੍ਰੋਧ ਹੈ ਲੇਕਿਨ ਉਹ ਬਿਹਤਰ ਸਮਝਦਾ ਠੀਕ ਹੈ ਜੀ ਸੋ ਇਹ 6 ਦਿਨ ਦੀ ਜਿਹੜੀ ਹੁਣ ਇੱਥੋਂ 3 ਉਤਪਤੀ ਪਹਿਲੇ ਦੀ 3 ਤੋਂ ਗਾਂ ਜਿਹੜੀ ਹੈ ਇਹ ਜਿਹੜੀ ਹੈ ਇਹ ਦੁਬਾਰਾ ਪਰਮੇਸ਼ਵਰ ਹੁਣ ਰੋਸ਼ਨੀ ਦਾ ਹੁਕਮ ਦੇ ਰਿਹਾ ਹੈ ਤਾਂ ਜਿਹੜਾ ਕਿ ਫਿਰ ਬਹੁਤ ਹੀ ਪਰਮਾਨੈਂਟ ਹੁਕਮ ਕਿਸ ਲੈਵਲ ਤੱਕ ਹੈ ਦੇਖੋ ਉਹਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਯਰਮੀਆ 4 ਦੀ 23 ਤੋਂ 26 ਦੇ ਵਿੱਚ ਹੈ ਅਸੀਂ ਇਸ ਚੀਜ਼ ਨੂੰ ਦੇਖ ਰਹੇ ਹਾਂ ਕਿ ਇਹ ਕਿਸ ਵਜ੍ਹਾ ਨਾਲ ਇਹ ਜਾਨਦਾਰ ਵੀ ਸਨ ਹੈ ਹਨੇਰਾ ਘੁੱਪ ਸੀ ਹਵਾਈ ਪਰਿੰਦਿਆਂ ਦਾ ਵੀ ਜ਼ਿਕਰ ਹੈ ਇੱਥੇ ਹੈਂਜੀ ਅਤੇ ਇਹ ਰੋਇਆ ਉਹਨੇ ਉਹਨੂੰ ਖਾਸ ਮਕਸਦ ਲਈ ਦਿਖਾਈ ਸੀ ਕਿ ਇਹ ਭੇਤ ਵੀ ਖੁੱਲ੍ਹ ਜਾਏ ਅਤੇ ਇਸ ਲਈ ਉਹਨੇ ਇਹ ਬਾਈਬਲ ਦੇ ਵਿੱਚ ਅਸੀਂ ਦੇਖ ਰਹੇ ਹਾਂ
ਸੋ ਇਹ ਅਸੀਂ ਵੇਖਿਆ ਕਿ ਤਬਾਹੀ ਸਿਰਫ ਉਹਦੇ ਨਿਆਂ ਦੀ ਵਜ੍ਹਾ ਨਾਲ ਆਈ। ਸਾਨੂੰ ਪਤਾ ਬਾਈਬਲ ਇਹ ਜਦੋਂ ਵੀ ਖੁਦਾ ਨਿਆਂ ਕਰਦਾ ਹੈ, ਅੱਗ ਨਾਲ ਕਰਦਾ ਹੈ, ਪਾਣੀ ਨਾਲ ਕਰਦਾ ਹੈ, ਇਹੋ ਜਿਹੀ ਚੀਜ਼ਾਂ ਨਾਲ। ਅਤੇ ਕਿਉਂਕਿ ਤੁਸੀਂ ਦੱਸਿਆ ਵੀ ਜਦੋਂ ਸ਼ੈਤਾਨ ਨੇ ਪਾਪ ਕੀਤਾ, ਘਮੰਡ ਕੀਤਾ ਔਰ ਉਸਨੂੰ ਸਿੱਟ ਦਿੱਤਾ ਗਿਆ ਔਰ ਉਹਨੂੰ ਅਰਥ ਦਾ ਉਹ ਇੰਚਾਰਜ ਸੀਗਾ ਧਰਤੀ ਦਾ, ਬਿਲਕੁਲ, ਅਤੇ ਉਸਨੂੰ ਸਿੱਟ ਕੇ ਉਹਦੀ ਜਿਹੜੀ ਧਰਤੀ ਸੀ ਜਿਸਦਾ ਇੰਚਾਰਜ ਸੀਗਾ ਉਸਨੂੰ ਬੇਸਿਕਲੀ ਉਹਦੀ ਰਾਜ ਨੂੰ ਉਹਦੀ ਤਬਾਹ ਕਰ ਦਿੱਤਾ, ਹੜ ਆ ਗਿਆ, ਅੰਧੇਰਾ ਛਾ ਗਿਆ, ਹਾਂ ਫੋਰਮਲੈਸ ਬਣਾ ਗਿਆ। ਸੋ ਫਿਰ ਸਵਾਲ ਇਹ ਵੀ ਵਿੱਚ ਸੀ ਕਿ ਇਨਸਾਨ ਨਹੀਂ ਸੀ ਅਤੇ ਸਪਿਰਿਟ ਬੀਮ ਸਨ, ਰੂਹਾਨੀ ਵਜੂਦ ਰੱਖਣ ਵਾਲੀ ਦੁਨੀਆ ਸੀ, ਦੂਤ ਸਨ, ਇਹ ਸਾਰੇ ਸਨ, ਕਿਉਂਕਿ ਬੰਦਾ ਜੇ ਨਹੀਂ ਸੀ ਨਾ, ਬਾਕੀ ਜਿਹੜੇ ਹੋਰ ਸਨ ਜਿੰਝ ਆਪਾਂ ਤੁਸੀਂ ਡੀਮਨਸ ਦੀ ਸਟੱਡੀ ਕਰਨ ਦੇ ਹੋ, ਉਹ ਸਾਰੀਆਂ ਜਿਹੜੀਆਂ ਸਾਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦੀਆਂ ਸਨ, ਉਹ ਵੀ ਦੂਤ ਹੋ ਗਏ, ਬਦਰੂਆਂ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਮੌਜੂਦ ਸਨ, ਚਰਿੰਦ ਪਰਿੰਦ ਰਿੰਦ 'ਤੇ ਨਜ਼ਰ ਆਉਂਦੇ ਸਨ, ਉਹ ਨਜ਼ਰ ਆਉਂਦੇ ਸਨ। ਸੋ ਅਤੇ ਜਿਹੜੇ ਫਿਰ ਹਾਂ ਉਦੋਂ ਪੰਛੀ ਸੀਗੇ, ਪੰਛੀ ਲਿਖਿਆ ਹੋਇਆ ਇਹਦੇ ਵਿੱਚ, ਅਤੇ ਫਿਰ ਉਹ ਜਿਹੜੇ ਡਾਇਨਾਸੌਰ ਸੀਗੇ ਉਹ ਕਿਹੜੀ ਏਜ ਦੇ, ਉਹ ਹਾਲੇਲੂਯਾ ਉਸ ਏਜ ਦੇ ਵਿੱਚ ਹੋ, ਯੈਸ ਇਸ ਏਜ ਦੇ ਵਿੱਚ ਸੀਗੇ, ਹੁਣ ਜਿਹੜੀ ਕਿਆ ਬਾਤ ਹੈ, ਤਾਂ ਕਿਆ ਬਾਤ, ਦੇਖੋ ਗੱਲ ਇਹ ਹੈ ਵੱਡੇ ਬਹੁਤ ਵੱਡੇ ਵੱਡੇ ਸੀਗੇ ਔਰ ਉਹਨਾਂ ਦੇ, ਹਾਂਜੀ ਇਹ ਹੁਣ ਥੋੜ੍ਹਾ ਜਿਹਾ ਇਹ ਦੇਖ ਲਈਏ ਕਿ ਇਨਸਾਨ ਬਣਿਆ 6000 ਸਾਲ ਹੋਏ ਨੇ, ਹਾਂਜੀ ਆਦਮ ਤੋਂ ਲੈ ਕੇ ਨੂੰਹ ਤੱਕ 2000 ਸਾਲ ਦਾ ਪੀਰੀਅਡ ਹੈ ਆਦਮ ਤੋਂ, ਹਾਂਜੀ ਅੱਛਾ, ਇਹ ਜਿਹੜੀ ਆਦਮ ਤੋਂ ਨੂੰਹ ਤੱਕ ਦੇ ਵਿੱਚ ਇਹ ਡਾਇਨਾਸੋਰਸ ਵਗੈਰਾ ਹੈਗੇ ਸਨ, ਪਹਿਲੇ ਤਾਂ ਤਬਾਹ ਹੋ ਗਏ, ਰੱਬ ਨੇ ਫਿਰ ਉਤਪਤੀ ਪਹਿਲੇ ਪਾਰਟ ਦੀ 3 ਤੋਂ ਲੈ ਕੇ ਦੂਸਰੇ ਪਾਰਟ ਦੇ ਅਖੀਰ ਵਿੱਚ ਇਹ ਡਾਇਨਾਸੋਰਸ, ਹੁਣ ਤੁਸੀਂ ਕਹੋਗੇ ਡਾਇਨਾਸੋਰਸ ਕਿੱਥੇ ਹੈਗੇ ਨੇ, ਹਾਲੇਲੂਯਾ, ਅਯੂਬ ਜੋਬ ਉਹਦਾ 40 ਪਾਰਟ ਅਤੇ 41 ਪਾਰਟ ਦੇ ਵਿੱਚ ਅਸੀਂ ਇੱਥੇ ਹੁਣੇ ਹੀ ਦੇਖ ਲੈਂਦੇ ਹਾਂ, ਇਹ ਉਹਦੀ ਡਿਸਕ੍ਰਿਪਸ਼ਨ ਹੈ, ਇੱਥੇ ਨਾਂ ਗਲਤ ਲਿਖਿਆ ਦਾ ਹੈ, ਜੋਬ ਦੇ ਵਿੱਚ ਕੀ ਦੱਸਿਆ ਭਾਈ, ਜੋਬ 40 ਦੀ 40 ਦੀ 14 ਤੋਂ ਲੈ ਕੇ ਅਤੇ 41 ਤੱਕ ਜਿਹੜਾ ਨਾ 41 ਪਾਰਟ ਦਾ ਇਹ ਡਾਇਨਾਸੋਰਸ ਦਾ ਜ਼ਿਕਰ ਹੈ। ਅੱਛਾ ਹੁਣ ਇੱਥੇ ਨਾ ਚੁੱਕੇ ਟਰਾਂਸਲੇਸ਼ਨ ਹੀ ਠੀਕ ਨਹੀਂ, ਲੇਕਿਨ ਜਿਹੜਾ ਇੱਥੇ ਹੈਗਾ ਨਾ ਇੱਕ ਇੱਕ ਵਰਸੇ 'ਚ ਦੇਖ ਲਓ ਕੀ ਬੋਲਿਆ ਯਾਰ, ਜੋਬ 40 ਦੀ 13 14 ਅਤੇ 15 ਇੱਥੇ ਸਿਰਫ ਪੜ੍ਹ ਦਿਓ ਤਾਂ ਕਿ ਤੁਹਾਡੇ ਸਵਾਲ ਦਾ ਜਵਾਬ ਮੈਂ ਦੇ ਦਾਂ। ਇੱਥੇ ਜਿਸ ਚੀਜ਼ ਦਾ ਨਾਂ ਲਿਖਿਆ ਉਹਦੀ ਦੋਮੀ ਬੜੀ ਥੋੜ੍ਹੀ ਹੁੰਦੀ ਹੈ, ਛੋਟੀ ਹੁੰਦੀ ਹੈ, ਹੋਮੋਪੈਟਮਸ, ਲੇਕਿਨ ਜਦੋਂ ਤੁਸੀਂ ਇਹਦੀ ਡਿਸਕ੍ਰਿਪਸ਼ਨ ਜਾਂ ਪੜ੍ਹੋਗੇ ਰੱਬ ਦੱਸ ਰਿਹਾ ਉਹ ਤਾਂ ਦੋਮੀ ਬੜੀ ਲੰਮੀ ਇੱਥੇ ਦੱਸੀ ਹੈ। ਸੋ ਇਹ ਇੱਕ ਨਾਂ ਜਿਹੜਾ ਨਾ ਇਹ ਇਹਦੇ ਨਾਲ ਫਿੱਟ ਨਹੀਂ ਹੋ ਰਿਹਾ, ਠੀਕ ਹੈ, ਕਿਉਂਕਿ ਇਹ ਜਿਹੜਾ ਕੀ ਨਾਂ 15ਵੀਂ ਆਇਤ ਦੇਖ ਲਓ, ਅੰਗਰੇਜ਼ੀ 'ਚ ਪੜ੍ਹ ਦਿਓ ਅਤੇ ਪੰਜਾਬੀ 'ਚ ਵੀ, ਨਹੀਂ ਸਿਰਫ 15 ਪੜ੍ਹ ਦਿਓ ਤਾਂ ਕਿ ਫਿਰ ਅਸੀਂ ਗਾਂ ਅੱਗੇ ਚੱਲੀਏ। ਅਯੂਬ 40:15 ਵਿੱਚ ਲਿਖਿਆ, ਜਰਾ ਦਰਿਆਈ ਘੋੜੇ ਨੂੰ ਵੇਖ ਜਿਹਨੂੰ ਮੈਂ ਤੇਰੇ ਨਾਲ ਬਣਾਇਆ ਹੈ, ਉਹ ਬਲਦ ਵਾਂਗੂ ਘਾਹ ਖਾਂਦਾ ਹੈ। ਇਹ ਦਰਿਆਈ ਘੋੜਾ ਹੈ ਜੀ, ਇਹਨੂੰ ਤੁਸੀਂ ਅੰਗਰੇਜ਼ੀ 'ਚ ਕੀ ਨਾਂ ਦੱਸਿਆ ਜੀ ਇਹਦਾ, ਇਹਦੇ ਵਿੱਚ ਲਿਖਿਆ ਹੈ ਜੀ ਜੋਬ 40:15 ਲਿਖਿਆ ਹੈ, ਲੁੱਕ ਐਟ ਦੀ ਬਹਿਮੋਥ, ਹੈਪੋ ਬਹਿਮੋਥ, ਹਾਂ ਬਹਿਮੋਥ, ਇਹ ਥੱਲੇ ਲਿਖਿਆ ਹੈਗਾ ਪੋਸੀਬਲੀ ਦੀ ਹਿਪੋਪੋਟਾਮਸ, ਹਿਪੋਪੋਟਾਮਸ ਐਲੀਫੈਂਟ, ਹਿਪੋਪੋਟਾਮਸ ਦੀ ਤੁਸੀਂ ਅਗਰ ਸਟੱਡੀ ਕਰੋ ਉਹਦੀ ਦਮ ਛੋਟੀ ਹੁੰਦੀ ਹੈ, ਲੇਕਿਨ ਜਦੋਂ ਜਦੋਂ ਤੁਸੀਂ ਇਹਨੂੰ ਪੜ੍ਹੋਗੇ ਤੇ ਦੋਮੀ ਬੜੀ ਲੰਬੀ ਹੈ। ਸੋ ਇਹ ਤੁਹਾਡੇ ਸਵਾਲ ਦਾ ਜਵਾਬ ਆ ਗਿਆ, ਕਿਉਂਕਿ 97ਵੇਂ ਆਇਤ ਵਿੱਚ ਲਿਖਿਆ ਦੋਮ ਦੀ ਗੱਲ ਲਿਖਿਆ, ਅੱਛਾ ਉਹਦੀ ਲਿਖਿਆ ਹੈ ਹਿਸ ਟੇਲ ਸਵੇਜ਼ ਲਾਈਕ ਅ ਸੀਡਰ ਸੀਡਰ ਐਂਡ ਸਾਈਨਵੇਜ਼ ਆਫ ਦੀ ਹਾਈਜ਼ ਆਰ ਕੋਲਡ ਇਨ ਇਟ, ਹਾਂਜੀ ਹਾਂਜੀ, ਉਹ ਆਪਣੀ ਪੂਛ ਦਿਆਰ ਵਾਂਗੂ ਹਿਲਾਉਂਦਾ ਹੈ, ਹਿਲਾਉਂਦਾ ਉਹਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੇ ਨਾਲ ਮਿਲਦੀਆਂ। ਹਾਲੇਲੂਯਾ, ਅੱਛਾ ਇਹ 40:14 ਤੋਂ ਲੈ ਕੇ 41 ਪਾਰਟ 'ਚ ਡਾਇਨਾਸੋਰਸ ਹੋਇਆ ਕੀ, ਜਦੋਂ ਫਿਰ ਇਨਸਾਨ ਨੇ ਪਾਪ ਕੀਤਾ ਉਤਪਤੀ 6 ਦੇ ਵਿੱਚ, ਫਿਰ ਖੁਦਾ ਨੇ ਨੂੰ ਕਿਹਾ ਕਸ਼ਤੀ ਬਣਾ,
ਉਦੋਂ ਇਹ ਜਿਹੜੇ ਸਨ ਨੋਹਾ ਫਲੱਡ ਜਾਂ ਨੂਹ ਦੇ ਤੂਫਾਨ 'ਚ ਖਤਮ ਹੋ ਗਏ, ਕਿਉਂਕਿ ਇੱਕ ਇੱਕ ਜੋੜਾ ਹਰ ਪਰਿੰਦੇ ਦਾ ਜਾਨਵਰਾਂ ਦਾ ਉਹਨੇ ਕਿਸ਼ਤੀ 'ਚ ਰੱਖਣਾ ਸੀ, ਇਹ ਨਹੀਂ ਸੀ ਰੱਖ ਪਾਇਆ। ਪਰ ਉਹਦੇ 'ਚ ਲਿਖਿਆ ਜੀ ਸਾਰੇ ਜਾਨਵਰ ਇੱਕ ਜੋੜਾ ਆਇਆ ਅਤੇ ਇਹਨੂੰ ਨਹੀਂ ਪਾਇਆ, ਕਿਉਂਕਿ ਇਹਦਾ ਇਹਦੀ ਲਿਖਿਆ ਸਾਰੇ ਆਏ ਸਾਰੇ ਆਏ, ਲੇਕਿਨ ਹੁਣ ਦੀ ਗੱਲ ਕਰ ਰਿਹਾ ਜਾਂ ਉਹ ਆ ਨਹੀਂ, ਇਹ ਨੋਹਾ ਤੂਫਾਨ ਤੋਂ ਬਾਅਦ ਨਹੀਂ, ਉਸ ਤੋਂ ਆਦਮ ਤੋਂ ਨੋਹਾ 2000 ਸਾਲ ਪਹਿਲੇ ਤੱਕ ਸਨ, ਉਸ ਤੋਂ ਪਿੱਛੇ ਵੀ ਸਨ, ਕਿਉਂਕਿ ਉਹ ਸਾਰੇ ਤਬਾਹ ਹੋ ਗਏ ਸਨ ਜਦੋਂ ਉਹਨੇ ਸ੍ਰਿਸ਼ਟੀ ਨੂੰ 6 ਦਿਨ ਦੀ ਕ੍ਰੀਏਸ਼ਨ ਜਿਹੜੀ ਆਪਾਂ ਪੜ੍ਹ ਰਹੇ ਹਾਂ ਉਹਦੇ ਤੋਂ ਇਹ ਹੈਗੇ ਸਨ, ਕ੍ਰੀਏਟ ਹੋ ਗਏ ਸਨ, ਲੇਕਿਨ ਫਿਰ ਖੁਦਾ ਨੇ ਜਿਹੜੇ ਡਾਇਨਾਸੋਰਸ ਉਸ ਕਿਸ਼ਤੀ ਦੇ ਵਿੱਚ ਨਹੀਂ ਆਏ, ਜ਼ਿਕਰ ਨਹੀਂ ਹੈ ਇਹਦਾ, ਠੀਕ ਹੈ। ਸੋ ਗਾਂ ਚੱਲੀਏ ਫਿਰ, ਓਕੇ ਅੱਛਾ ਠੀਕ ਹੈ। ਸੋ ਡਾਇਨਾਸੋਰਸ ਵੀ ਨਹੀਂ ਜੀ, ਦੇਖੋ ਤੁਸੀਂ ਕਲਾਮ ਵਿੱਚ ਬੜਾ ਇਹ ਜੋ ਕੁਛ ਮਿਲ ਰਿਹਾ ਇਹ ਬਿਲਕੁਲ ਸਹੀ ਮਿਲ ਰਿਹਾ ਔਰ ਅਕੋਰਡਿੰਗ ਟੂ ਬਾਈਬਲ ਦੀ ਸਪੈਸੀਫਿਕੇਸ਼ਨ ਦੇ ਮੁਤਾਬਿਕ ਹੈਗਾ। ਹਾਂਜੀ, ਸੋ ਆਪਾਂ ਇਹ ਦੇਖ ਰਹੇ ਸਾਂ ਕਿ ਜਿਹੜਾ ਕਿੱਥੋਂ ਸ਼ੁਰੂ ਕੀਤਾ ਸੀ, ਹਾਂ ਇਹ ਇਹ ਯਰਮੀਆ ਨੂੰ ਇਹ ਦਿਖਾਉਣ ਦੇ ਲਈ, ਯਰਮੀਆ 4 ਵਿੱਚ ਇਹ ਸੀ ਕਿ ਉਹ ਅਸਲੀ ਜਿਹੜਾ ਬੇਡੋਲ ਹੋ ਗਿਆ ਅਤੇ ਨੋਹਾ ਫਲੱਡ ਦੇ ਵਿੱਚ ਫਰਕ ਆ ਸਕੇ। ਸੋ ਆਪਾਂ ਇੱਕ ਗੱਲ ਯਾਦ ਰੱਖਿਓ ਕਿ ਇਹਨੂੰ ਤੁਸੀਂ ਕਹਿ ਲਓ ਕਿ ਖੁਦਾ ਨੇ ਜਦੋਂ ਇਹਨੇ ਸ਼ੈਤਾਨ ਨੇ ਲੂਸੀਫਰ ਨੇ ਹੈਂਜੀ ਪਾਪ ਕਰ ਲਿਆ ਅਤੇ ਉਦੋਂ ਉਹਨੂੰ ਮਜਬੂਰਨ ਇੱਕ ਯੂਨੀਵਰਸਲ ਫਲੱਡ ਲਿਆਉਣਾ ਪੈ ਗਿਆ। ਆਪਾਂ ਯੂਪ ਦੇ ਵਿੱਚ ਜਾਵਾਂਗੇ, ਬੜੀ ਸੋਹਣੀ ਠੀਕ ਹੈ, ਇਹ ਦੁਨੀਆ 2 ਦਫ਼ਾ ਪਾਣੀ ਨਾਲ ਤਬਾਹ ਹੋਈ ਹੈ। ਇੱਕ ਇਹ ਯੂਨੀਵਰਸਲ ਫਲੱਡ, ਇਹਨੂੰ ਲੋਕ ਡਿਫਰੈਂਟ ਨਾਂ ਦਿੰਦੇ ਜੀ, ਲੂਸੀਫਰ ਫਲੱਡ ਹੈ, ਜੈਨਸਿਸ ਫਲੱਡ ਹੈ, ਇਹ ਖੁਦਾ ਨੇ H2O ਪਾਣੀ ਦੇ ਨਾਲ ਫਰੀਜ਼ ਕਰ ਦਿੱਤਾ। ਇਹ ਤੁਸੀਂ ਜਿਹੜੀ ਜੈਨਸਿਸ ਪਹਿਲੀ ਦੀ 2 ਵਾਰ ਦੀ ਗੱਲ ਕਰ ਰਹੇ, ਹਾਂਜੀ ਉਦੋਂ ਜਿਹੜੀ ਤਬਾਹੀ ਆਈ ਪਾਣੀ ਦੇ ਨਾਲ ਆਈ, ਲੇਕਿਨ ਉਹ ਪਾਣੀ ਦੀਆਂ 3 ਸ਼ਕਲਾਂ ਨੇ ਕਿ ਇੱਕ ਉਹਨੂੰ ਆਈਸ ਬਣਾ ਦਿਓ ਠੀਕ ਹੈ, ਇਹ ਇਹ ਫਰੀਜ਼ ਕਰ ਦਿੱਤਾ H2O। ਨੋਹਾ ਦੇ ਤੂਫਾਨ ਨੇ H2O ਦੇ ਨਾਲ ਲਿਕੁਇਡ ਦੇ ਨਾਲ ਪਾਣੀ ਆ ਗਿਆ, ਲੇਕਿਨ ਇਹਦੇ ਵਿੱਚ ਵੀ 2 ਦਫ਼ਾ ਇਹ ਦੁਨੀਆ ਪਾਣੀ ਨਾਲ ਤਬਾਹ ਹੋਈ ਹੈ, ਤੀਸਰੀ ਦਫ਼ਾ ਅੱਗ ਨਾਲ ਤਬਾਹ ਹੋਏਗੀ, ਕਿਉਂਕਿ ਨੂਹ ਨੂੰ ਖੁਦਾ ਨੇ ਕਿਹਾ ਸੀ ਗੱਲ ਸੁਣ, ਇਹ ਜਿਹੜਾ ਰੇਨਬੋ ਹੈ ਕੀ ਉਹਨੂੰ ਕਹਿ ਲਓ ਪਿੰਗ, ਇਹ ਵੇਖ ਕੇ ਹੁਣ ਪਾਣੀ ਦੇ ਨਾਲ ਇਹਨੂੰ ਮੈਂ ਨਹੀਂ ਤਬਾਹ ਕਰਨਾ। ਸੋ ਇਹ ਚੀਜ਼ਾਂ ਬਾਈਬਲ ਵਿੱਚ ਨੇ। ਅੱਛਾ ਜੀ, ਹੁਣ ਆਪਾਂ ਇਹ ਦੇਖ ਲਈਏ ਕਿ ਧਰਤੀ 'ਤੇ ਆ ਜਾਓ ਜ਼ਰਾ, ਹੁਣ ਜ਼ਬੂਰ 136 ਦੀ ਵੇਖੋ ਕਿ ਧਰਤੀ ਜਿਹੜੀ ਹੈ ਨਾ ਜੀ, ਇਹ ਸਮਝਣੇ ਵਾਲੀ ਗੱਲ ਹੈ, ਉਹ ਪਾਣੀ ਦੇ ਉੱਤੇ ਕਾਇਮ ਕੀਤੀ ਸੀ ਹੈ। ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਧਰਤੀ ਪਾਣੀ ਦੇ ਥੱਲੇ ਕਿਵੇਂ ਚਲੀ ਗਈ, ਕਿਉਂਕਿ ਅਗਲੀ ਆਇਤਾਂ 'ਚ ਇਹ ਵੇ ਕਿ ਅੱਛਾ ਇਹਦੇ ਲਈ ਨਾ ਇਹ ਕੀ ਬੋਲਿਆ ਜ਼ਬੂਰ 136 ਦੀ 6 ਛੱਡੀ ਆਇਤ ਵੇਖੀ ਹੈ ਨਾ ਕੀ ਹੈ, ਜ਼ਬੂਰ 136 ਦਾ 6ਵਾਂ ਅਧਿਆਏ, ਉਸੇ ਦਾ ਜਿਹਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ ਉਹਦੀ ਦਇਆ ਜੋ ਸਦਾ ਦੀ ਹੈ। ਠੀਕ ਹੈ ਸਰ, ਪਾਣੀ ਉੱਤੇ ਫੈਲਾਇਆ, ਹੁਣ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਧਰਤੀ ਪਾਣੀ ਦੇ ਵਿੱਚ ਕਿੰਜ ਡੁੱਬ ਗਈ, ਸਵਾਲ ਹੈ। ਇਸ ਲਈ ਇਹ ਦੇਖਣਾ ਪੈਣਾ ਕਿ ਇਹ ਵਰਸ ਪੜ੍ਹ ਦਿਓ, ਇੱਕ ਜ਼ਬੂਰ ਨਹੀਂ ਪਹਿਲੇ ਪੜ੍ਹ ਦਿਓ ਕਿ ਇਹ ਪਦਾਇਸ਼ ਦਾ ਬੁੱਕ ਆਫ ਜੈਨਸਿਸ ਉਤਪਤੀ ਉਹਦੀ ਪਹਿਲੇ ਦੀ 9-10, ਇਹ ਸਾਰਾ ਕੁਝ ਰੱਬ ਨੇ ਬਣਾਇਆ ਸੀ ਹੈਂ। ਆਪਾਂ ਦੇਖ ਰਹੇ ਹਾਂ ਕਿ ਪਾਣੀ ਦੇ ਨਾਲ ਇਹਨੂੰ ਤਬਾਹ ਕੀਤਾ ਗਿਆ ਠੀਕ ਹੈ, ਅਤੇ ਪਾਣੀ ਧਰਤੀ ਉੱਤੇ ਆ ਗਿਆ, ਜਦੋਂ ਕਿ ਪਾਣੀ ਉੱਤੇ ਧਰਤੀ ਬਣਾਈ ਗਈ ਸੀ। ਇਹ ਜ਼ਰਾ ਪੜ੍ਹੋ ਉਤਪਤੀ ਉਹਦਾ ਪਹਿਲਾ ਅਧਿਆਏ ਉਹਦੀ 9-10 ਦੇ ਵਿੱਚ ਲਿਖਿਆ, ਫਿਰ ਪਰਮੇਸ਼ਰ ਨੇ ਆਖਿਆ ਕਿ ਆਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ
ਤਾਂ ਜੋ ਖੁਸ਼ਕੀ ਦਿਸ ਪਵੇ ਅਤੇ ਉਵੇਂ ਹੀ ਹੋ ਗਿਆ। ਪਰਮੇਸ਼ਰ ਨੇ ਖੁਸ਼ਕੀ ਨੂੰ ਧਰਤੀ ਆਖਿਆ ਅਤੇ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ਰ ਨੇ ਡਿੱਠਾ ਪਾਈ ਚੰਗਾ ਹੈ। ਇਹ ਗੱਲ ਇਹ ਵੇ ਕਿ ਖੁਸ਼ਕੀ ਤੇ ਪਹਿਲਾਂ ਤੋਂ ਮੌਜੂਦ ਸੀ, ਠੀਕ ਹੈ, ਇਹ ਚੂੰਕਿ ਸਿਸਟਮ ਹੋ ਗਿਆ ਸਾਰਾ ਬਾਈਬਲ ਦੇ ਵਿੱਚ। ਦੇਖੋ ਜੀ, ਫਿਰ ਜ਼ਬੂਰ 104 ਉਹਦੀ 5 ਤੋਂ 9 ਆਇਤਾਂ ਦੇ ਨੂੰ ਅਸੀਂ ਪੜ੍ਹੀਏ ਕਿ ਅਸਲ ਵਿੱਚ ਜਿਹੜਾ 6 ਦਿਨ ਦੀ ਕ੍ਰੀਏਸ਼ਨ ਤੋਂ ਪਹਿਲੇ ਅਸਲੀ ਜਿਹੜੀ ਧਰਤੀ ਸੀ ਉਹ ਪਾਣੀਆਂ ਦੇ ਉੱਤੇ ਸੀ, ਠੀਕ ਹੈ, ਉਹ ਅਸੀਂ ਪਹਿਲੇ ਦੇਖ ਲਈਏ ਨਾ, ਤਾਂ ਅਸੀਂ ਇਹਨੂੰ ਹੌਲੇ ਹੌਲੇ ਸਮਝ ਪਾਵਾਂਗੇ। ਬੜਾ ਅੱਛਾ ਲੱਗੇਗਾ ਕਿ ਵਰਸ ਬਾਈ ਵਰਸ, ਲੇਕਿਨ ਕਈ ਵਰਸਿਸ ਨੂੰ ਅਸੀਂ ਇਸ ਚੀਜ਼ ਨੂੰ ਸਾਬਤ ਕਰਨ ਲਈ ਅਸੀਂ ਦੇਖਾਂਗੇ। ਸੋ ਅਸੀਂ ਇੰਝ ਵੀ ਪੜ੍ਹ ਸਕਦੇ ਹਾਂ ਕਿ ਖੁਦਾ ਨੇ ਸ਼ੁਰੂ 'ਚ ਹੈ ਨਾ ਇਸ ਖੁਸ਼ਕੀ ਨੂੰ ਬਣਾ ਦਿੱਤਾ, ਜਦੋਂ ਪਾਣੀ ਉਹਨੇ ਕਿਹਾ ਨਾ ਪਰੇ ਹੋ ਜਾਓ, ਇਕੱਠੇ ਹੋ ਜਾਓ ਸਾਰੇ ਪਾਣੀ ਹੈ ਪਾਣੀ, ਅਤੇ ਉਹ ਖੁਸ਼ਕੀ ਨਜ਼ਰ ਆਈ। ਬਈ ਬੰਦਾ ਕਹਿੰਦਾ ਖੁਸ਼ਕੀ ਨੂੰ ਕਦੋਂ ਬਣਾਇਆ, ਠੀਕ ਹੈ। ਸੋ ਇਹ ਬਹੁਤ ਬਰੀਕੀ ਥੋੜ੍ਹੇ ਥੋੜ੍ਹੇ ਸਮਝਦੇ ਜਾਵਾਂਗੇ, ਸਵਾਲ ਵੀ ਬਣਾਉਂਦੇ ਜਾਵਾਂਗੇ ਜੀ। ਅਤੇ ਪੜ੍ਹ ਲਓ ਜੀ, ਜ਼ਬੂਰ 104 ਉਹਦੀ 5-9 ਦੇ ਵਿੱਚ ਲਿਖਿਆ, ਤੈਂ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਾਈ ਉਹ ਸਦਾ ਤੀਕ ਅਟਲ ਰਹੇ, ਤੈਂ ਉਹਨੂੰ ਡੂੰਘਾਈ ਨਾਲ ਇਉਂ ਗੱਜਿਆ ਜਿਵੇਂ ਪੁਸ਼ਾਕ ਨਾਲ, ਪਾਣੀ ਪਹਾੜਾਂ ਦੇ ਉੱਪਰੋਂ ਖਲੋ ਗਏ, ਉਹ ਤੇਰੇ ਦਬਕੇ ਨਾਲ ਨੱਠ ਗਏ, ਉਹ ਤੇਰੀ ਗੜਕ ਦੀ ਆਵਾਜ਼ ਤੋਂ ਸ਼ਤਾਬੀ ਭੱਜੇ, ਉਸ ਥਾਂ ਨੂੰ ਜਿਹਦੀ ਤੈਂ ਨੀਂਹ ਰੱਖੀ ਹੋਈ ਹੈ, ਪਹਾੜ ਉਤਾਹਾਂ ਚੜ੍ਹੇ, ਦੂਣਾ ਹੇਠਾਂ ਉਤਰਿਆ, ਤੈਂ ਉਹਨਾਂ ਲਈ ਇੱਕ ਹੱਦ ਠਹਿਰਾ ਰੱਖੀ ਹੈ, ਭਾਈ ਉਹ ਅੱਗੇ ਨਾ ਲੰਘਣ ਅਤੇ ਨਾ ਹੀ ਮੁੜ ਕੇ ਧਰਤੀ ਨੂੰ ਟੱਕ ਲੈਣ। ਹਾਲੇਲੂਯਾ। ਅੱਛਾ ਜੀ, ਹੁਣ ਬੇਡੋਲ ਦੀ ਗੱਲ ਆ ਰਹੀ ਹੈ, ਇਹਦੇ 'ਤੇ ਅਸੀਂ ਥੋੜ੍ਹਾ ਡੀਪ ਜਾ ਰਹੇ ਹਾਂ। ਹੁਣ ਜਿਹੜੀ ਪਹਿਲੀ ਧਰਤੀ ਬਣਾਈ ਸੀ ਉਹਦੇ ਕੁਝ ਹਵਾਲੇ ਲਿਖ ਲਓ ਪਲੀਜ਼। ਪਹਿਲੇ ਤਾਂ ਉਹ ਲਿਖ ਲਓ ਉਤਪਤੀ ਉਹਦੀ 1:1, ਯਾਨੀ ਜੈਨਸਿਸ ਚੈਪਟਰ 1:1। ਦੂਜੀ ਹੈ ਜਿਹੜੀ ਸਾਮਸ ਜਾਂ ਭਜਨ ਜਾਂ ਜ਼ਬੂਰ 104 ਦੀ 5। ਦੂਸਰਾ 2 ਪੀਟਰ ਉਹਦੀ 4 ਹੈ, ਹਾਂਜੀ 104 ਦੀ 5ਵੀਂ ਆਏ। ਦੂਸਰਾ ਪੀਟਰ ਯਾਨੀ 2 ਪੀਟਰ ਉਹਦੀ 3:5 ਆਏ। ਇਹ ਸਭ ਹਵਾਲੇ ਦੱਸਦੇ ਨੇ ਕਿ ਜ਼ਮੀਨ ਦੀ ਅਸਲੀ ਹਾਲਤ ਜਿਹੜੀ ਇਹ ਬੇਡੋਲ ਹੋਣ ਤੋਂ ਪਹਿਲੇ ਸੀ, ਠੀਕ ਹੈ। ਸੋ ਆਪਾਂ ਇਹ ਦੇਖ ਲਿਆ ਕਿ ਖੁਦਾ ਨੇ ਕਿੰਜ 3 ਦਫ਼ਾ, ਅਸੀਂ ਇਹਨੂੰ 2 ਦਫ਼ਾ ਕਿਸ ਤਰ੍ਹਾਂ ਪਾਣੀ ਨਾਲ, ਅਤੇ 3ਰੀ ਦਫ਼ਾ ਜਿਹੜਾ ਨਾ ਉਹ ਅੱਗ ਦੇ ਨਾਲ ਇਹਨੂੰ ਤਬਾਹ ਕਰੇਗਾ। ਪਹਿਲਾਂ ਦੇਖ ਲਿਆ ਸੀ ਕਿ ਇਹਦੇ ਵਿੱਚ ਹੋ ਗਿਆ, ਦੂਸਰਾ ਨੋਹਾਂ ਦਾ ਹੋ ਗਿਆ, ਫਿਰ ਉਹ ਇੱਕ ਨਿਸ਼ਾਨ ਦੇ ਦਿੱਤਾ, ਫਿਰ ਉਹਦੇ ਬਾਅਦ ਅਬਰਾਨੀਆਂ, ਅਤੇ ਅਗਲੀ ਵਾਰ ਜਦੋਂ ਇਹ ਤਬਾਹ ਹੋਏਗੀ ਨਾ ਅਤੇ ਉਹ ਅੱਗ ਦੇ ਨਾਲ ਹੋਏਗੀ, ਠੀਕ ਹੈ। 2 ਪੀਟਰ 3:7 ਅਤੇ ਅਬਰਾਨੀਓ 1:10 ਦੁਬਾਰਾ, ਇਹ ਤੁਹਾਡੀ ਮਰਜ਼ੀ ਹੈ ਕਿ ਨੈਕਸਟ ਇਹ ਕੰਮ ਹੋਣਾ ਹੈ, ਠੀਕ ਹੈ। 2 ਪੀਟਰ 3:7 ਦੇ, ਹਾਂ, ਦੂਸਰਾ 1:10 ਤੋਂ, ਠੀਕ ਹੈ, ਠੀਕ ਹੈ ਜੀ, ਹਾਂਜੀ। ਸੋ ਇਹ ਅਸੀਂ ਦੇਖ ਰਹੇ ਹਾਂ। ਹੁਣ ਇਹਦੇ ਵਿੱਚ ਕੋਈ ਤੁਹਾਡਾ ਸਵਾਲ ਬਣ ਰਿਹਾ? ਹਾਂਜੀ, ਉਹ ਤੁਸੀਂ ਤਿਆਰ ਹੀ ਰਹਿੰਦੇ ਹੋ, ਉਹ ਬੜਾ ਹੀ ਅੱਛਾ ਲੱਗਦਾ। ਹਾਲੇਲੂਯਾ। ਹਾਂਜੀ, ਆਪਣੇ ਜੀ ਤੁਹਾਡੇ ਸਵਾਲ ਤੋਂ ਪਹਿਲੇ ਮੈਂ ਘੁੱਟ ਪਾਣੀ ਦਾ ਪੀ ਲਾਂ। ਹਾਲੇਲੂਯਾ, ਪ੍ਰਭੂ ਤੇਰਾ ਸ਼ੁਕਰ ਹੋਏ, ਜੈ ਜੈ, ਸਾਰਾ ਜਲਾਲ ਹੋ ਗਈ। ਹਾਂਜੀ, ਅੱਜ ਆਪਾਂ ਸ਼ੁਰੂ 'ਚ ਉਤਪਤ 1 ਦੇ ਵਿੱਚ ਪੜ੍ਹਿਆ ਨਾ ਵੀ ਸਭ ਸ਼ੁਰੂਆਤ ਦੇ ਵਿੱਚ ਰੱਬ ਨੇ ਸਵਰਗ ਅਤੇ ਧਰਤੀ ਬਣਾਏ ਜੀ, ਉਹ ਰੱਬ ਨੇ ਬਣਾਏ ਜੀ, ਅਤੇ ਆਪਾਂ ਕਹਿੰਦੇ ਸਵਰ ਰੱਬ ਸਵਰਗ ਵਿੱਚ ਰਹਿੰਦਾ ਆ, ਅਤੇ ਉਹ ਸਵਰਗ ਤਾਂ ਰੱਬ ਨੇ ਖੁਦ ਬਣਾਇਆ, ਰੱਬ ਤਾਂ ਹਮੇਸ਼ਾ ਤੋਂ ਹੀ ਆ, ਉਹਦਾ ਤਾਂ ਕੋਈ ਸ਼ੁਰੂਆਤ ਨਹੀਂ ਹੈਗੀ। ਅਤੇ ਸਵਰਗ ਬਣਾਉਣ ਤੋਂ ਪਹਿਲਾਂ, ਧਰਤੀ ਸਾਰੀ ਸ੍ਰਿਸ਼ਟੀ ਬਣਾਉਣ ਤੋਂ ਪਹਿਲਾਂ ਰੱਬ ਕਿੱਥੇ ਰਹਿੰਦਾ?
ਦੇਖੋ ਉਹਨੂੰ ਕਹਿ ਲਓ ਅਬਦੀਅਤ ਲਫ਼ਜ਼ ਹੈ, ਇਟਰਨਲਿਟੀ ਉਹਨੂੰ ਪੰਜਾਬੀ 'ਚ ਹੁਣ ਕੀ ਕਹੋ, ਕਿਉਂਕਿ ਰੱਬ ਆਸਮਾਨ ਸਪੇਸ ਜਿਹਦਾ ਆਪਾਂ ਉਤਪਤੀ ਜੀ ਜੀ ਨਾ ਉਹ ਸਪੇਸ ਬਣਾਇਆ ਸਾਰਾ ਕੁਛ ਉਹਨੇ ਬਣਾਇਆ ਜੀ ਜੀ, ਅਤੇ ਪਹਿਲਾਂ ਤਾਂ ਫਿਰ ਨਾ ਸਤਾਰੇ ਚੰਦ ਹੋਰ ਕੁਛ ਵੀ ਨਹੀਂ ਸੀਗਾ, ਸਪੇਸ ਹੈ ਨਹੀਂ ਸੀਗਾ, ਅਤੇ ਫਿਰ ਉਹ ਕਿੱਥੇ ਕਿਵੇਂ ਦੱਸ ਸਕਦਾ? ਹਾਂਜੀ ਉਹ ਗੱਲ ਇਹ ਹੈ ਉਹ ਸੁਲੇਮਾਨ ਕਹਿੰਦਾ ਤੂੰ ਆਕਾਸ਼ਾਂ ਦੇ ਆਕਾਸ਼ ਵਿੱਚ ਵੀ ਨਹੀਂ ਸਮਾ ਸਕਦਾ, ਇੰਨਾ ਕੁ ਹੈ। ਸੋ ਇਹ ਇਟਰਨਿਟੀ ਜਿਹਨੂੰ ਕਹਿ ਲਓ, ਜਿੱਥੇ ਇਹ ਨੈਚੁਰਲ ਰੈਲਮ ਖਤਮ ਹੁੰਦਾ ਉੱਥੇ ਸਪਿਰਿਟ ਰੈਲਮ ਹੁੰਦਾ ਸ਼ੁਰੂ, ਉਸ ਤੋਂ ਉੱਤੇ ਜਿਹੜਾ ਹੈ ਰੱਬ ਜਿਹੜਾ ਉਹ ਸਮਾ ਹੀ ਨਹੀਂ ਸਕਦਾ ਬੇਸਿਕਲੀ। ਲੇਕਿਨ ਚੂੰਕਿ ਉਹਨੇ ਸਾਡੇ ਨਾਲ ਰਾਬਤਾ ਰੱਖਣ ਲਈ ਆਪਣੇ ਆਪ ਨੂੰ ਥਰਡ ਹੈਵਨਸ ਦੇ ਵਿੱਚ ਕੀਤਾ, ਜਦੋਂ ਕਿ ਨਵਾਂ ਯਰੂਸ਼ਲਮ ਆਏਗਾ ਉਦੋਂ ਫਿਰ ਉਹ ਅਨਲਿਮਿਟਡ ਹੋ ਜਾਏਗਾ, ਹੈ ਨਾ। ਯਾਨੀ ਉਹਨੂੰ ਅਸੀਂ ਲਿਮਿਟਡ ਨਹੀਂ ਕਰ ਸਕਦੇ। ਸ਼ਮਾਈਮ ਇਹ ਵਰਡ ਯੂਜ ਹੋਇਆ, ਸ਼ਮਾਈਮ ਜਿਹਦਾ ਮਤਲਬ ਇਹ ਪਰੂਲਰ ਹੈ, ਉਹ ਮਤਲਬ ਇਹ ਹੈ ਕਿ ਉਹਨੇ ਕਿਹਾ ਕਿ ਮੈਂ ਤੇਰੇ ਲਈ ਘਰ ਬਣਾਉਣਾ, ਚਲੋ ਕਹਿੰਦਾ ਮੈਂ ਹੱਥਾਂ ਦੇ ਬਣੇ ਹੋਏ ਘਰਾਂ 'ਚ ਨਹੀਂ ਰਹਿੰਦਾ, ਮੰਦਰਾਂ 'ਚ। ਸੋ ਸ਼ਮਾਈਮ ਦਾ ਮਤਲਬ ਹੈ ਇਹ ਪਰੂਲਰ, ਠੀਕ ਹੈ। ਲੇਕਿਨ ਤਿੰਨ ਹੈਵਨਸ ਤਾਂ ਬਾਈਬਲ ਦੱਸ ਰਹੀ ਹੈ, ਲੇਕਿਨ ਇਟਰਨਿਟੀ ਦਾ ਤਾਂ ਸਾਨੂੰ ਨਹੀਂ ਪਤਾ ਬਈ, ਉਹ ਅਬਦੀਅਤ। ਉਹ ਇਸ ਲਈ ਉਹ ਅਸੀਂ ਨਹੀਂ ਕਹਿ ਸਕਦੇ ਖਾਲੀ ਤੀਸਰੇ ਅਸਮਾਨ ਤੱਕ, ਉਹ ਕੀ ਉਹਨੂੰ ਕਹਿ ਲਓ ਅਨਲਿਮਿਟਡ ਹੈ, ਠੀਕ ਹੈ। ਲੇਕਿਨ ਜਿਸ ਤਰੀਕੇ ਨਾਲ ਇਹ ਤੁਸੀਂ ਕਹਿ ਰਹੇ ਹੋ ਕਿਸੇ ਜਗ੍ਹਾ ਹੈਵਨ ਸੀ ਜਾਂ ਹੈਵਨ ਹੈ, ਹਾਂਜੀ ਹਾਂਜੀ, ਕਈ ਜਿਹਾ ਬਾਈਬਲ ਦੇ ਵਿੱਚ ਇੰਗਲਿਸ਼ ਵਿੱਚ ਕਈ ਜਗ੍ਹਾ ਲਿਖਿਆ ਹੈ ਇਨ ਦ ਬਿਗਨਿੰਗ ਗੋਡ ਕ੍ਰੀਏਟਡ ਦ ਹੈਵਨਸ ਐਂਡ ਅਰਥ, ਅੱਛਾ। ਕਿਸੇ ਕਿਸੇ ਜਗ੍ਹਾ ਲਿਖਿਆ ਹੈਗਾ ਗੋਡ ਕ੍ਰੀਏਟਡ ਹੈਵਨ ਐਂਡ ਅਰਥ, ਅੱਛਾ ਹਾਂਜੀ ਹਾਂਜੀ। ਇਹ ਜਿਹੜੀ ਫਰੇਜ਼ ਹੈ ਨਾ ਇਸਤੇਮਾਲ ਹੁੰਦੀ ਹੈ ਜਦੋਂ ਕਿ ਅਸੀਂ ਇੰਡੀਵਿਜੁਅਲ, ਮੈਂ ਕਹਾਂਗਾ ਪ੍ਰਭੂ ਜੀ ਮੇਰੇ ਪਾਪਾਂ ਨੂੰ ਮਾਫ ਕਰ ਦੇ, ਪਰੂਲਰ, ਪ੍ਰਭੂ ਜੀ ਦੁਨੀਆ ਦੇ ਪਾਪ ਮਾਫ ਕਰ ਦੇ, ਉਹ ਸਿੰਗੂਲਰ ਵਿੱਚ ਅਸੀਂ ਬਿਆਨ ਕਰ ਰਹੇ ਹਾਂ। ਹਾਲਾਤ ਵਧਣਾ ਹੀ ਚਾਹੀਦਾ ਨਾ, ਹੈ, ਯਾਨੀ ਪ੍ਰਭੂ ਯੇਸੂ ਮਸੀਹ ਮੇਰੇ ਪਾਪਾਂ ਦੀ ਖਾਤਰ ਆਇਆ, ਯੂਹੰਨਾ 3:16 'ਚ ਕਿ ਪਰਮੇਸ਼ੁਰ ਨਾਲ ਜਗਤ, ਪਰਮੇਸ਼ੁਰ ਨੇ ਜਗਤ ਨਾਲ ਇੰਨਾ ਪਿਆਰ ਕੀਤਾ, ਹੈ, ਅਤੇ ਉਹ ਜਿੱਥੇ ਜਗਤ ਆਣੀ ਹੈ ਇੱਕ ਤੋਂ ਜ਼ਿਆਦਾ ਲੋਕ ਉੱਥੇ ਉਹ ਸਿੰਗੂਲਰ ਵਿੱਚ ਬਿਆਨ ਕੀਤਾ ਜਾਂਦਾ। ਦੁਨੀਆ ਦੇ ਪਾਪਾਂ ਨੂੰ ਚੁੱਕ ਕੇ ਨਹੀਂ, ਦੁਨੀਆ ਦੇ ਪਾਪ ਚੁੱਕ ਕੇ ਲੈ ਗਿਆ, ਮੇਰੇ ਪਾਪਾਂ ਨੂੰ ਚੁੱਕ ਕੇ ਲੈ ਗਿਆ। ਸੋ ਇਸ ਤਰੀਕੇ ਨਾਲ ਇਹਨੂੰ, ਸੋ ਅਸੀਂ ਇਹੀ ਦੇਖਣਾ ਹੈ ਕਿ ਤੁਸੀਂ ਸਾਨੂੰ ਕੋਈ ਸਾਇੰਸ ਵਾਲੇ ਪਾਸੇ ਵੀ ਨਹੀਂ, ਤੁਸੀਂ ਕਹਿੰਦੇ ਹੋ ਵਚਨ ਦੇ ਵਿੱਚ ਹੀ ਰਹਿਣਾ ਜਿਹੜਾ ਵਚਨ ਹੀ ਜਵਾਬ ਦੇਵੇ। ਔਰ ਜਦੋਂ ਸਾਇੰਸ ਨੂੰ ਵੀ ਪ੍ਰੋਬਲਮ ਹੁੰਦੀ ਹੈ ਬਲ ਜੀ, ਓਏ। ਸੋ ਇੱਕ ਗੱਲ ਬੜੀ ਪੱਕੀ ਹੈ ਕਿ ਸਾਇੰਸ ਵੀ ਇਹ ਕਹਿ ਰਹੀ ਹੈ ਕਿ ਇਹ ਯੂਨੀਵਰਸ ਨੂੰ ਬਣੇ 6000 ਸਾਲ ਨਹੀਂ ਹੋਏ, ਮਿਹਰਬਾਨੀ ਕਰਕੇ ਖੁਦਾ ਦੇ ਖਾਦਮ ਜਿਹੜੇ ਹੈਗੇ ਨੇ ਉਹ ਜਦੋਂ ਪ੍ਰੀਚ ਕਰਦੇ ਨੇ ਇਹ ਨਾ ਕਹਿਣੇ ਦੁਨੀਆ ਨੂੰ ਬਣੇ 6000 ਸਾਲ ਹੋਏ ਨੇ, ਨਹੀਂ ਇਨਸਾਨ ਨੂੰ ਬਣੇ 6000 ਸਾਲ ਹੋਏ, ਬਿਲਕੁਲ ਠੀਕ ਹੈ, ਕਿਉਂਕਿ ਇਹ ਨਵੀਂ ਸ਼੍ਰਿਸ਼ਟੀ ਉਤਪਤੀ 1:3 ਤੋਂ ਗਾਂ ਸਾਨੂੰ ਨਜ਼ਰ ਆ ਰਹੀ ਹੈ ਕਿ 6 ਦਿਨ ਦੇ ਵਿੱਚ ਨਿਊ ਕ੍ਰੀਏਸ਼ਨ, ਉਸ ਤੋਂ ਪਹਿਲੇ ਤਾਂ ਹੋਈ ਸੀ ਰੈਸਟੋਰੇਸ਼ਨ ਬਹਾਲੀ ਕਰ ਲਓ ਜੀ ਸਰ। ਸਵਾਲ ਇਹਦੇ ਵਿੱਚ, ਹਾਂਜੀ ਜੀ ਬਸ ਠੀਕ ਹੈ ਜੀ, ਜਿੱਦਾਂ ਹੁਣ ਪਹਿਲੇ ਅੱਜ ਵਜੇ ਲਿਖਿਆ ਇਨ ਦ ਬਿਗਨਿੰਗ ਗੋਡ ਕ੍ਰੀਏਟਡ ਦ ਹੈਵਨਸ ਐਂਡ ਅਰਥ, ਮਤਲਬ ਜਿਹੜਾ ਚੀਜ਼ ਹਰ ਇੱਕ ਚੀਜ਼ ਜਿਹੜੀ ਬਣਦੀ ਆ ਕੋਈ ਵੀ ਚੀਜ਼ ਹੈ ਨਾ, ਧਰਤੀ, ਸਵਰਗ, ਆਸਮਾਨ, ਚੰਦ, ਸੂਰਜ, ਤਾਰੇ, ਜੋ ਵੀ, ਉਹਦੇ ਲਈ ਇਹ 3 ਡਿਮੈਂਸ਼ਨ ਟਾਈਮ ਅਤੇ ਸਪੇਸ ਹੁੰਦਾ ਹੈ ਨਾ, 3 ਡਿਮੈਂਸ਼ਨ ਚੀਜ਼ਾਂ ਹੁੰਦੀਆਂ ਆ, ਅਤੇ ਉਹ ਇਹ ਤਾਂ ਰੱਬ ਨੇ ਬਣਾਈਆਂ ਹੈ ਨਾ, ਅਤੇ ਸਮਾਂ ਅਤੇ ਜਗ੍ਹਾ ਸਪੇਸ, ਹਾਂਜੀ, ਅਤੇ ਇਹ ਬਣਾਉਣ ਤੋਂ ਪਹਿਲਾਂ ਵੀ ਰੱਬ ਤਾਂ ਫਿਰ ਰਹਿੰਦਾ ਸੀਗਾ ਟ੍ਰਿਨਿਟੀ ਦੇ ਵਿੱਚ, ਹਾਂਜੀ ਹਾਂਜੀ ਜੀ ਬਿਲਕੁਲ। ਅਤੇ ਇਸ ਲਈ ਉਹ ਅਸੀਂ ਇਹਦਾ ਬਾਈਬਲ ਵਿੱਚ ਕੋਈ ਨਹੀਂ ਮਿਲਦਾ ਕਿ ਕਿੰਨੇ ਹਜ਼ਾਰ ਸਾਲ ਪਹਿਲੇ ਬਣੀ, ਬਰਾਸ਼ੀਦ, ਹਾਂਜੀ BARASHEED, ਬਰਾਸ਼ੀਦ,
ਤੇ ਹਯਾ ਵਰਡ ਹੋਇਆ ਕਿ ਸਾਰਾ ਕੁਝ ਠੀਕ ਸੀ, ਕੁਛ ਹੋਇਆ, ਹੋਇਆ ਕੀ ਸੀ, ਅਸੀਂ ਇੱਥੇ ਵੇਖ ਲਿਆ। ਹਾਂ, ਬਾਕੀ ਤੁਸੀਂ ਇੱਕ ਗੱਲ ਇਹ ਵੀ ਦੱਸੀ ਸੀਗੀ ਜੀ, ਜਦੋਂ ਤੁਸੀਂ ਪੜ੍ਹਿਆ ਜਦੋਂ ਆਪਣੇ ਲੂਸੀਫਰ ਇੰਚਾਰਜ ਸੀਗਾ ਉਹ ਜੀ, ਉਹ ਡਿੱਗਣ ਤੋਂ ਪਹਿਲਾਂ, ਜਦੋਂ ਉਸ ਪਾਪ ਕਰਨ ਤੋਂ ਪਹਿਲਾਂ ਧਰਤੀ ਦਾ ਉਹ ਅਸਲੀ ਰਾਜਾ ਸੀ, ਅਸਲੀ ਰਾਜਾ ਹੁਣ ਜਿਹੜਾ ਨਾ ਫਾਲਸ ਪ੍ਰਿੰਸ। ਹਾਂ ਹਾਂਜੀ, ਅਤੇ ਕਿਹਾ ਸੀਗਾ ਵੀ ਇੱਥੇ ਨਰਕ ਵੀ ਬਣਿਆ ਹੋਇਆ ਸੀਗਾ, ਹਾਂਜੀ, ਕਿਸੇ ਨੇ ਕੋਈ ਪਾਪ ਨਹੀਂ ਸੀ ਕੀਤਾ, ਲੂਸੀਫਰ ਨੇ ਸਭ ਤੋਂ ਪਹਿਲਾਂ ਪਾਪ ਕੀਤਾ, ਉਹਦੇ ਦੁਆਰਾ ਸਾਰੀ ਧਰਤੀ 'ਤੇ ਪਾਪ ਆਇਆ। ਹਾਂਜੀ, ਜਦੋਂ ਉਹ ਇੱਕ ਆਰਕ ਏਂਜਲ ਸੀਗਾ ਉਹਦੀ ਜੋ ਚਰੂਪੀ ਸੀਗਾ ਚਰੂਪ, ਹਾਂਜੀ, ਅਤੇ ਉਹਦੇ ਧਰਤੀ ਦਾ ਉਹਦੇ ਕੋਲ ਸਾਰਾ ਜ਼ਿੰਮੇਵਾਰੀ ਸੀਗੀ, ਅਤੇ ਹਾਲੇ ਇਨਸਾਨ ਨਹੀਂ ਬਣਿਆ ਜੋ ਪਹਿਲੀ ਜਨ ਬਣਾਇਆ ਸੀਗਾ ਜੀ, ਅਤੇ ਉਦੋਂ ਤੁਸੀਂ ਕਿਹਾ ਸੀਗਾ ਵੀ ਉਦੋਂ ਨਰਕ ਵੀ ਬਣਾਇਆ ਸੀਗਾ, ਹਾਲੇ ਤਾਂ ਕਿਸੇ ਨੇ ਪਾਪ ਕੀਤਾ ਹੀ ਨਹੀਂ ਸੀਗਾ, ਤਾਂ ਫਿਰ ਨਰਕ ਉਦੋਂ ਫਿਰ ਕਦ ਲਈ ਬਣਾਤਾ ਸੀਗਾ? ਹਾਲੇ ਪ੍ਰੇਜ਼ ਦਾ ਲਾਰਡ। ਦੇਖੋ ਜੀ, ਇਹ ਰਮਨ ਨੇ ਵੀ ਇਹ ਸਵਾਲ ਆਪਾਂ ਬ੍ਰੇਕ ਦੇ ਟਾਈਮ ਵਿੱਚ ਕੀਤਾ ਸੀਗਾ ਜੀ, ਰਮਨ ਨੇ ਕੀਤਾ ਸੀਗਾ। ਹਾਂਜੀ, ਤੁਸੀਂ ਦੌੜਾ ਦਿਓ ਬੇਟੀ, ਠੀਕ ਹੈ ਨਾ ਅੰਕਲ? ਓਕੇ, ਦੇਖੋ ਜੀ, ਗੱਲ ਇਹ ਹੈ, ਇਹਦੇ ਲਈ ਇੱਕ ਸਟੱਡੀ ਤੁਸੀਂ ਕਰਾਈ ਹੈ ਜੀ, ਕਿ ਇਸ ਧਰਤੀ ਦੇ ਥੱਲੇ ਡਿਪਾਰਟਿਡ ਸੋਲਸ ਜਾਂ ਜਿਹੜੀ ਰੂਹ ਤੇ ਜਾਨ ਦੇ ਲਈ ਥੱਲੇ ਕੁਛ ਕੈਦਖਾਨੇ ਮੌਜੂਦ ਨੇ ਡਿਪਾਰਟਿਡ ਸੋਲ ਲਈ, ਕਿ ਉਹ ਨੰਬਰ ਇੱਕ ਮੋਟਾ ਮੋਟਾ ਗਣਾ ਦਿੰਦੇ ਹਾਂ, ਨੰਬਰ ਇੱਕ ਨਰਕ ਜਿਹੜਾ ਲਫਜ਼ ਹੈ, ਪਾਤਾਲ ਜਾਂ ਆਲਮੇ ਅਰਵਾ, ਇਹ ਪੂਰਾ ਇੱਕ ਵਰਲਡ ਹੈ, ਅੰਡਰ ਵਰਲਡ ਦੀ ਗੱਲ ਕਰ ਰਹੇ ਹਾਂ। ਇਸ ਦੇ ਥੱਲੇ ਕਿੱਥੋਂ ਸ਼ੁਰੂ ਹੁੰਦਾ? ਲੋਕੇਸ਼ਨ ਆਫ ਹੈਲ ਵੀ ਅਸਾਂ ਵੇਖਿਆ ਕਿ ਜਿੱਥੇ ਓਸ਼ਨਸ ਦੀ ਬੰਦਾ ਉਹਦੇ ਥੱਲੇ ਨਹੀਂ ਜਾ ਸਕਦਾ, ਜਿੱਥੇ ਚੀਜ਼ਾਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਾਇੰਸ ਵੀ ਦੱਸਦੀ ਹੈ ਅਤੇ ਹੁਣ ਵੀ ਤਜਰਬੇ, ਉਹਦੇ ਤੋਂ ਹੇਡੀਸ ਦੀ ਸ਼ੁਰੂ ਹੁੰਦੀ ਹੈ, ਅਤੇ ਸ਼ੈਤਾਨ ਦਾ ਤਖ਼ਤ ਜਿਹੜਾ ਸੀ ਕਿ ਉਹਨੂੰ ਕਹਿ ਲਓ ਸੁਗਾਸ਼ਨ, ਉਹ ਵੀ ਹਿਸਕੀਅਲ 28:2 ਦੇ ਵਿੱਚ ਸੀ ਕਿ ਉਹ ਓਸ਼ਨਸ ਦੇ ਥੱਲੇ ਸੀ, ਜਿਹਨੂੰ ਉਹ ਯਸਾਇਆ 14 ਉਹਦੀ 12 ਆਇਤ ਵਿੱਚ ਪਹਾੜਾਂ ਬੱਦਲਾਂ ਅਤੇ ਖੁਦਾ ਦੇ ਬਣ ਮੁਕਾਬਲੇ 'ਚ ਖੜਨਾ ਚਾਹੁੰਦਾ ਸੀ। ਸੋ ਉਹ ਓਸ਼ਨਸ ਦੇ ਉੱਥੇ ਤੱਕ ਸੀ। ਇਹ ਸ਼ੈਤਾਨ ਦਾ ਵੀ ਜਿਹੜਾ ਥਰੋਨ ਹੈ, ਇਹ ਮੂਵੇਬਲ ਹੈ, ਪਰਮਗਨ ਉਹ ਕੀ ਕਹਿੰਦੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਵੀ ਉਹ 7 ਕਲੀਸਿਆਵਾਂ ਦਾ ਜ਼ਿਕਰ ਸੀ, ਪਰਮਗਨ ਦੇ ਵਿੱਚ ਵੀ ਉਹਦਾ, ਤਾਂ ਇਸੇ ਤਰੀਕੇ ਨਾਲ ਪਰਮੇਸ਼ਵਰ ਦਾ ਵੀ ਤਖ਼ਤ ਜਿਹੜਾ ਨਾ, ਤੁਸੀਂ ਠੀਕ ਕਹਿ ਰਹੇ ਸੋ ਕਿ ਜੇ ਅਸੀਂ ਕਹਿੰਦੇ ਹਾਂ ਤੀਸਰੇ ਆਵਨ, ਉਹ ਵੀ ਮੂਵੇਬਲ, ਉਹਨੂੰ ਵੀ ਚਾਰ ਜੰਤੂ ਜਿਹੜੇ ਨੇ ਨਾ ਉਹ ਉਹਨੂੰ ਚਲਾਉਂਦੇ ਨੇ। ਹਾਂ ਹਾਂਜੀ, ਵੈਸੇ ਤਾਂ ਹਰ ਜਗ੍ਹਾ ਮੌਜੂਦ ਹੈ। ਅੱਛਾ ਜੀ, ਹੁਣ ਇਹਦੀ ਗੱਲ ਇਹ ਆ ਰਹੀ ਹੈ, ਨੰਬਰ ਇੱਕ ਨਰਖਾਨ ਦੇ ਵਿੱਚ ਉਹ ਜਗ੍ਹਾ ਜਿਹੜੀ ਲੂਕਾ 16:19 ਤੋਂ ਅਮੀਰ ਆਦਮੀ ਜਿਹਦੇ 'ਚ ਪਿਆ ਸੀ, ਇਹ ਸਿਰਫ ਇਨਸਾਨ ਦੇ, ਉਹ ਜਿਹੜੇ ਪਾਪੀ ਲੋਕ ਨੇ ਉੱਥੇ ਜਾਣਗੇ, ਕਿੱਥੇ ਜਾਣਗੇ? ਉਸ ਡਿਪਾਰਟਮੈਂਟ ਵਿੱਚ ਕਿ ਸਾਮਸ ਜ਼ਬੂਰਾਂ ਦੀ ਪੋਥੀ 9:17, ਇਹ ਇੱਕ ਟਿਕਾਣਾ ਹੈ, ਠੀਕ ਹੈ। ਦੂਸਰਾ ਅੱਗ ਦੀ ਝੀਲ ਲੇਕ ਔਫ ਫਾਇਰ ਵੀ ਥੱਲੇ ਨੇ, ਜਿਹੜੀ ਕਿ ਪ੍ਰਕਾਸ਼ ਦੀ ਪੋਥੀ ਦੇ ਵਿੱਚ ਆਪਾਂ ਦੇਖ ਰਹੇ ਸਨ ਚੈਪਟਰ 20 ਦੇ ਵਿੱਚ, ਹੈ ਨਾ, ਆਪਣਾ ਉਹਦੇ 'ਚ ਇਹ ਚੀਜ਼ਾਂ ਪੇਸ਼ ਹੋਣਗੀਆਂ, ਹੈ ਨਾ, ਠੀਕ ਹੈ। ਅਤੇ ਫਿਰ ਇੱਕ ਹੋਰ ਹੋ ਗਿਆ, ਇੱਕ ਖਤਰਨਾਕ ਜੇਲ੍ਹ ਹੈ ਜਿਹਦੇ ਵਿੱਚ ਉਤਪਤੀ 6 ਦੇ ਵਿੱਚ ਕੋਈ ਏਂਜਲਸ ਜਿਹੜੇ ਸੀ ਦੂਤਾਂ ਨੇ ਇੱਕ ਬਹੁਤ ਵੱਡਾ ਪਾਪ ਕੀਤਾ ਕਿ ਇਨਸਾਨ ਦੀ ਬੇਟੀਆਂ ਨਾਲ ਵਿਆਹ ਕਰਕੇ, ਅਤੇ ਉਹਦੇ ਵਿੱਚੋਂ ਜਬਾਰ ਪੈਦਾ ਹੋ ਗਏ, ਜਾਇੰਟਸ ਪੈਦਾ ਹੋ ਗਏ, ਉਹ ਵੀ ਇੱਕ ਕੈਟਾਗਰੀ ਥੱਲੇ ਡੱਕੀ ਪਈ ਹੈ, 3 ਹੋ ਗਏ। ਚੌਥਾ ਜਿਹੜਾ ਹੈ ਇੱਕ ਅਥਾਹ ਕੁੰਡ, ਜਿਹਨੂੰ ਬਾਟਮਲੈਸ ਪਿਟ ਕਹਿੰਦੇ ਨੇ, ਅਥਾਹ ਗੜਾ ਹੈ। ਪੰਜਵੀਂ ਜਿਹੜੀ ਇੱਕ ਟਿਕਾਣਾ ਸੀ ਜਿਹੜਾ ਲੂਕਾ 16:19 ਤੋਂ ਪਹਿਲੇ ਚੰਗੀਆਂ ਰੂਹਾਂ ਥੱਲੇ ਅਬਲੀਸ ਸ਼ੈਤਾਨ ਦੇ ਕਬਜ਼ੇ ਜਾਂਦੀਆਂ ਸਨ, ਟੈਂਪਰੇਰੀ ਸਵਰਗ ਥੱਲੇ ਸੀ ਅਸਲੀ ਤੇ ਉੱਤੇ, ਉਹ ਫਿਰ ਉਹ ਜਿਹੜਾ ਡਿਪਾਰਟਮੈਂਟ ਹੈ ਉਹ
ਜ਼ਬੂਰਾਂ ਦੀ ਪੋਥੀ 68:60 ਸਾਮ 68:18 ਦੇ ਮੁਤਾਬਿਕ ਅਤੇ ਐਫੀਜ਼ੀਅਨ ਚੈਪਟਰ 4 ਵਰਸ 8 ਦੇ ਮੁਤਾਬਿਕ ਜਦੋਂ ਪ੍ਰਭੂ ਯਿਸੂ ਮਸੀਹ ਮਰੇ ਦਫਨ ਹੋਏ ਔਰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜ਼ਿੰਦਾ ਹੋਏ 40 ਦਿਨ ਉਹ ਕਿੱਥੇ ਰਹੇ ਇਸ ਧਰਤੀ ਦੇ ਵਿੱਚ ਇਹ ਜਿਹੜਾ ਮੈਂ ਦੱਸ ਰਿਹਾ ਐਫੀਜ਼ੀਅਨ 4 ਉਹਦੀ 8 ਆਏ ਤੇ ਠੀਕ ਹੈ ਐਫੀਜ਼ੀਅਨ 4 8ਵੀਂ ਆਏ ਤੇ ਇਹ ਜਦੋਂ ਯਿਸੂ ਮਸੀਹ 40 ਦਿਨ ਜੀ ਉੱਠਣ ਦੇ ਬਾਅਦ 40 ਦਿਨ ਬਾਅਦ ਚੁੱਕੇ ਗਏ ਸਵਰਗਾਂ 'ਤੇ ਉਦੋਂ ਉਹ ਡਿਪਾਰਟਮੈਂਟ ਜਿਹੜਾ ਕਿ ਆਦਮ ਤੋਂ ਲੈ ਕੇ ਯਿਸੂ ਤੱਕ ਧਰਮੀ ਰੂਹਾਂ ਜਿਹੜੀਆਂ ਸਨ ਉਹ ਨਾਲ ਲੈ ਕੇ ਟੁਰ ਗਏ ਠੀਕ ਹੈ ਸੋ ਇਸ ਲਈ ਇਹ ਨਰਕ ਯੇ ਵੋ ਕਿਉਂ ਬਣਾਈ ਇਸ ਲਈ ਬਣਾਈ ਕਿ ਇਨਸਾਨ ਨੂੰ ਥੋੜ੍ਹਾ ਜਿਹਾ ਤੁਸੀਂ ਬਿਆਨ ਕਰੋ ਜੀ ਹਾਂਜੀ ਕੋਈ ਚੋਇਸ ਨਹੀਂ ਜੀ ਅਰੇ ਇਨਸਾਨ ਤਾਂ ਬਣਨ ਤੋਂ ਬਾਅਦ ਦੀ ਗੱਲ ਹੈ ਨਾ ਜਦੋਂ ਇਹ ਤਾਂ ਉਹਦੀ ਮੈਂ ਗੱਲ ਕਰ ਰਿਹਾ ਜਦੋਂ ਹਲੇ ਲੂਸੀਫਰ ਡਿੱਗਿਆ ਵੀ ਨਹੀਂ ਸਕਾ ਅਤੇ ਜਦੋਂ ਉਤਪਤ ਪਹਿਲੀ ਦੀ ਗੱਲ ਹੈ ਜਦੋਂ ਰੱਬ ਨੇ ਸਾਰਾ ਕੁਛ ਬਣਾਇਆ ਪਲਿਸ਼ਤਾਨ ਨੇ ਪਾਪ ਨਹੀਂ ਸੀ ਕੀਤਾ ਲੂਸੀਫਰ ਸਗਾ ਜਦੋਂ ਉਹਨੂੰ ਇੱਥੇ ਦਾ ਇੰਚਾਰਜ ਦਿੱਤਾ ਗਿਆ ਹੈ ਨਾ ਅਤੇ ਉਦੋਂ ਵੀ ਤੁਸੀਂ ਕਿਹਾ ਸੀ ਨਰਕ ਬਣਾਇਆ ਹਾਲੇ ਕਿਸੇ ਨੇ ਪਾਪ ਕੋਈ ਪਾਪ ਨਹੀਂ ਕੀਤਾ ਲੂਸੀਫਰ ਨੇ ਵੀ ਨਹੀਂ ਕੀਤਾ ਹਾਲੇ ਦਿਨ ਇਹਨੂੰ ਖੁਦਾ ਨੂੰ ਪਤਾ ਸੀ ਇਹ ਕੰਮ ਹੋਣੇ ਨੇ ਹਾਂ ਜਿੱਥੋਂ ਤੱਕ ਮੈਂ ਸਮਝਦਾ ਹਾਲੇਲੂਇਆ ਵੀ ਲੂਸੀਫਰ ਦੇ ਸਾਹਮਣੇ ਵੀ ਜਿੱਦਾਂ ਹੁਣ ਚੋਇਸ ਸੀ ਨਾ ਚੋਇਸ ਦਿੱਤੀ ਸੀ ਜਿੱਦਾਂ ਅੱਜ ਜਦੋਂ ਪਹਿਲਾਂ ਦੇਖਦੇ ਮੂਸਾ ਨੂੰ ਜਦੋਂ ਇਜਿਪਟ ਵਿੱਚੋਂ ਕੱਢ ਕੇ ਲਿਆਏ ਸੀ ਇਜ਼ਰਾਈਲ ਨੂੰ ਹੈ ਨਾ ਰੱਬ ਨੇ ਕਹਿੰਦਾ ਤੁਹਾਡੇ ਲੱਗੇ ਦੋ ਹੱਥ ਰੱਖੇ ਦੋ ਇੱਕ ਪਾਸੇ ਬਰਕਤ ਹੈ ਇੱਕ ਪਾਸੇ ਸ਼ਰਾਪ ਹੈ ਜਿਹਨੂੰ ਮਰਜ਼ੀ ਚੁਣ ਲਓ ਔਰ ਰੱਬ ਨੇ ਉਹਨਾਂ ਨੂੰ ਇੱਕ ਆਜ਼ਾਦ ਮਰਜ਼ੀ ਦਿੱਤੀ ਆ ਹਾਂਜੀ ਔਰ ਜਦੋਂ ਆਦਮ ਨੂੰ ਪਹਿਲਾਂ ਬਣਾਇਆ ਸੀਗਾ ਉਹਨੂੰ ਵੀ ਇੱਕ ਆਜ਼ਾਦ ਮਰਜ਼ੀ ਦਿੱਤੀ ਸੀਗੀ ਤੋ ਇੱਥੇ ਖਾਸ ਸ਼ੈਤਾਨ ਕੋਲ ਵੀ ਆਜ਼ਾਦ ਮਰਜ਼ੀ ਹਾਂਜੀ ਉਹਨੂੰ ਵੀ ਕਿਹਾ ਸੀਗਾ ਵੀ ਆਹ ਫਲ ਨਾ ਖਾਈ ਜਦੋਂ ਤੂੰ ਖਾਧਾ ਉਦੋਂ ਤੂੰ ਮਰਿਆ ਤੂੰ ਉਹ ਖਾਣਾ ਨਹੀਂ ਖਾਣਾ ਉਹ ਉਲੰਘਣਾ ਕਰਨਾ ਜਾਂ ਨਹੀਂ ਕਰਨਾ ਰੱਬ ਨੇ ਉਹਨੂੰ ਆਦਮ ਨੂੰ ਵੀ ਆਜ਼ਾਦ ਮਰਜ਼ੀ ਦਿੱਤੀ ਇਸੇ ਤਰ੍ਹਾਂ ਲੂਸੀਫਰ ਨੂੰ ਵੀ ਜਦੋਂ ਉਹ ਜੀ ਪਾਪ ਨਹੀਂ ਸੀ ਕੀਤਾ ਉਹਨੂੰ ਉਹ ਆਜ਼ਾਦ ਮਰਜ਼ੀ ਦਿੱਤੀ ਗਈ ਹੋਵੇਗੀ ਜੇ ਇਹ ਤੇਰੀ ਮਰਜ਼ੀ ਆ ਪਾਪ ਕਰਨਾ ਤਾਂ ਨਰਕ ਤੇਰੇ ਲਈ ਹੈਗਾ ਆ ਚੋਇਸ ਚੋਇਸ ਦਿੱਤੀ ਗਈ ਸੀਗੀ ਉਹਨੇ ਉਹ ਪਾਪ ਕੀਤਾ ਹਾਂਜੀ ਅਤੇ ਉਹ ਵਾਹ ਹਾਂਜੀ ਸੋ ਜੀ ਇੱਥੇ ਫਿਨਿਸ਼ ਕਰੀ ਹਾਂਜੀ ਫਿਰ ਅੱਗੇ ਤਾਂ ਕੰਮ 'ਚ ਤੁਰਨਾ ਹੀ ਹੈ ਹਾਂਜੀ ਥੈਂਕ ਯੂ ਪਰਮੇਸ਼ਵਰ ਪਿਤਾ ਦਾ ਸ਼ੁਕਰ ਕਰਦੇ ਹਾਂ ਇਸ ਬਾਈਬਲ ਸਟੱਡੀ ਦੇ ਲਈ ਜੋ ਵੀ ਇਸਨੂੰ ਸੁਣੇ ਬਰਕਤ ਪਾਵੇ ਔਰ ਇਹ ਸਭ ਕੁਛ ਮੰਗਦੇ ਹਾਂ ਆਪਣੇ ਪਰਮੇਸ਼ਵਰ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ।